ਅਮਰਿਤਪਾਲ ਸਿੰਘ ਦੀ ਪਤਨੀ ਬਾਰੇ ਇੱਕ ਪੋਸਟ ਪਾਈ ਗਈ ਕਿਸੇ ਵੀਰ ਵੱਲੋਂ ਤਾਂ ਉਸ ਨੂੰ ਹਰਨੇਕ ਸਿੰਘ ਨਿਊਜ਼ੀਲੈਂਡ ਸ਼ੇਅਰ ਕਰਕੇ ਆਪਣਾ ਪੱਖ ਰੱਖ ਦਿਆ ਇੱਕ ਪਾਸੇ ਇਹ ਵੀਰ ਕਹਿੰਦਾ ਕਿ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਮਹੀਨੇ ਬੀਤ ਚੁੱਕੇ ਨੇ ਅਮਰਿਤਪਾਲ ਜੇਲ੍ਹ ਅੰਦਰ ਹੈ ਤੇ ਉਸਦੇ ਪਰਿਵਾਰ ਨਾਲ ਕਿਹੜਾ ਵੈਰ ਹੈ ਅੱਜ ਤੀਜੀ ਵਾਰ ਅਮਰਿਤਪਾਲ ਦੀ ਪਤਨੀ ਬੀਬੀ ਕਰਨਦੀਪ ਕੌਰ ਨੂੰ ਵਿਦੇਸ਼ ਜਾਣ ਤੋਂ ਰੋਕਿਆ ਗਿਆ ਮਤਲਬ ਅਜੇ ਤੱਕ ਬੀਬੀ ਕਰਨਦੀਪ ਤੋਂ ਪੁੱਛਗਿੱਛ ਸਮਾਪਤ ਨਹੀਂ ਹੋਈ ਉਹ ਵਿਦੇਸ਼ੋਂ ਆਪਣਾ ਘਰ ਵਸਾਉਣ ਆਈ ਸੀ ਜੰਪਲ ਐ ਉੱਥੋਂ ਦੀ ਪਰ ਉਹਨੇ ਅਜਿਹਾ ਕਿਹੜਾ ਗੁਨਾਹ ਕਰਤਾ ਅਮਰਿਤਪਾਲ ਨਾਲ ਵਿਆਹ ਕਰਾ ਕੇ ਕਿ ਉਹਨੂੰ ਖੱਜਲ ਕੀਤਾ ਜਾ ਰਿਹਾ ਅਗਲਾ ਜੇਲ੍ਹ ਚ ਐ ਤੇ ਪਰਿਵਾਰ ਨੂੰ ਖੱਜਲ ਕਰਨਾ ਕਿੱਥੋਂ ਦਾ ਇਨਸਾਫ ਐ ਇਸ ਤੋਂ ਸਾਬਤ ਹੁੰਦਾ ਕਿ ਸਰਕਾਰ ਕਿਦਾਂ ਸਿੱਖਾਂ ਦੇ ਪਰਿਵਾਰਾਂ ਤੇ ਬੇਫਜ਼ੂਲਾ ਅਤਿਆਚਾਰ ਕਰਦੀ ਐ ਕਿਸੇ ਦੇ ਮਾਪੇ ਵਾਪ ਜੇਲ੍ਹ ਚ ਡੱਕ ਦਿੰਦੇ ਨੇ ਕਿਸੇ ਦੇ ਜਵਾਗ ਤੇ ਕਿਸੇ ਦੀ ਪਤਨੀ ਇਸ ਪੋਸਟ ਦਾ ਜਵਾਬ ਦਿੰਦੇ ਆ ਹਰਨੇਕ ਸਿੰਘ ਨਿਊਜ਼ੀਲੈਂਡ ਲਿਖਦੇ ਆ ਜੇਕਰ ਸਿਰ ਦਾ ਸਾਈ ਜੇਰ ਵਿੱਚ ਤਾਂ ਜੀਵਨ ਸਾਥੀ ਨੂੰ ਦੇਸ਼ ਵਿੱਚ ਰਹਿ ਕੇ ਹੀ ਪੈਰਵਾਈ ਕਰਨੀ ਚਾਹੀਦੀ ਆ ਬੀਬਾ ਜੀ ਉਹਨੂੰ ਛਡਾਉਣ ਦਾ ਤਹਈਆ ਕਰੋ ਇੰਗਲੈਂਡ ਕਿਉਂ ਜਾਣਾ ਜਜ਼ਵਾਤਾਂ ਤੇ ਪੌਂਡਾਂ ਦੀ ਗ੍ਰਾਹੀ ਕਰਨ ਤਾਂ ਇਹ ਪੋਸਟ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਸ਼ੇਅਰ ਕੀਤੀ ਆਪਣੀ ਬੋਲ ਤੇ ਇਸ ਦੇ ਸੰਬੰਧ ਵਿੱਚ ਤੁਹਾਡੇ ਸਭ ਦੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ